ਆਉਂਦੀ 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਮੱਗ ਚੁੱਕਿਆ ਹੈ ਅਤੇ ਵੱਖ-ਵੱਖ ਸਿਆਸੀ ਧਿਰਾਂ ਦੇ ਸੀਨੀਅਰ ਆਗੂ ਜਲੰਧਰ ਹਲਕੇ ਵਿੱਚ ਵੋਟਰਾਂ ਨੂੰ ਆਪਣੀਆਂ ਪਾਰਟੀਆਂ ਦੇ ਹੱਕ ਵਿੱਚ ਭੁਗਤਾਉਣ ਲਈ ਜ਼ੋਰ ਲਾ ਰਹੇ ਨੇ। ਕਾਂਗਰਸ ਪਾਰਟੀ ਨੇ ਸਵਰਗੀ ਸੰਤੋਖ ਸਿੰਘ ਚੌਧਰੀ, ਸਾਬਕਾ ਮੈਂਬਰ ਪਾਰਲੀਮੈਂਟ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਅਤੇ ਪਾਰਟੀ ਵੱਲੋਂ ਬੜੀ ਤੇਜ਼ੀ ਨਾਲ ਚੋਣ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਹਲਕਾ ਫਿਲੌਰ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਵਿਰੋਧੀ ਧਿਰ ਦੇ ਪ੍ਰਮੁੱਖ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਵੋਟਰਾਂ ਨੂੰ ਬੀਬੀ ਕਰਮਜੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਤਿੱਖੇ ਤੰਜ਼ ਕੱਸਦੇ ਹੋਏ ਵੋਟਰਾਂ ਨੂੰ ਅਪੀਲ ਕੀਤੀ ਕਿ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਵੋਟਾਂ ਦੀ ਮੰਗ ਕਰਨ ਆਉਣ ਤਾਂ ਉਹਨਾਂ ਤੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1,000 ਰੁਪਏ ਬਾਰੇ ਸਵਾਲ ਜ਼ਰੂਰ ਪੁੱਛੇ ਜਾਣ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੈਜ਼ਰਵੇਸ਼ਨ ਦੀ ਨੀਤੀ ਸੰਬੰਧੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਤਿੱਖੇ ਸਵਾਲ ਕੀਤੇ ਅਤੇ ਇਸ ਗੱਲ ਦਾ ਰੋਸ ਜ਼ਾਹਰ ਕੀਤਾ ਕਿ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ, ਜਦਕਿ ਕਿਸੇ ਵੀ ਹੋਰ ਸਾਬਕਾ ਮੁੱਖ ਮੰਤਰੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਚਰਨਜੀਤ ਸਿੰਘ ਚੰਨੀ ਨੇ ਅੱਗੇ ਜਾ ਕੇ ਇਹ ਵੀ ਕਿਹਾ ਕਿ ਸਵਰਗੀ ਸੰਤੋਖ ਸਿੰਘ ਚੌਧਰੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਬੀਬੀ ਕਰਮਜੀਤ ਕੌਰ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ। ਇਸ ਮੌਕੇ ਉੱਤੇ ਉਮੀਦਵਾਰ ਬੀਬੀ ਕਰਮਜੀਤ ਕੌਰ ਅਤੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਵੀ ਸੰਬੋਧਨ ਕੀਤਾ। ਇਸੇ ਮੌਕੇ ਚੋਣ ਰੈਲੀ ਵਿੱਚ ਇਹਨਾਂ ਪ੍ਰਮੁੱਖ ਆਗੂਆਂ ਦੇ ਨਾਲ ਨਾਲ ਪ੍ਰਤਾਪ ਸਿੰਘ ਬਾਜਵਾ, ਵਿਰੋਧੀ ਧਿਰ ਦੇ ਨੇਤਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਖਪਾਲ ਸਿੰਘ ਭੁੱਲਰ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਇਸ ਦੁਨੀਆਂ ਦੇ ਵਿੱਚ ਬਦਨਾਮ ਕਰਨ ਦਾ ਕੰਮ ਕਰਦੇ ਤਾਂ ਇਹਨਾਂ ਨੂੰ ਸਬਕ ਸਿਖਾਉਣ ਦਾ ਤੁਹਾਡੇ ਕੋਲ 10 ਤਰੀਕ ਨੂੰ ਇੱਕ ਮੌਕਾ ਹੈ। ਬੇਸ਼ੱਕ ਮੇਰੇ ਬਾਪ ਦੀ ਸ਼ਹਾਦਤ ਹੋ ਗਈ, ਉਹ ਆਪਣੀ ਪਾਰਟੀ ਲਈ ਲੜਦੇ ਹੋਏ ਇਸ ਦੁਨੀਆਂ ਤੋਂ ਚਲੇ ਗਏ, ਪਰ ਆਪਾਂ ਸਾਰਿਆਂ ਨੂੰ ਇੱਕ ਮੌਕਾ ਦੇ ਗਏ। ਇਹ ਜਿਹੜੀ ਲੋਕ ਮਾਰੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਹੈ, ਉਸ ਨੂੰ ਬਾਹਰ ਦਾ ਰਸਤਾ ਕਰਾਉਣ ਦੀ ਅੱਜ ਲੋੜ ਹੈ, ਅੱਜ ਤੁਹਾਡੀ ਸਾਰਿਆਂ ਦੀ ਲੋੜ ਹੈ। ਕਿਉਂਕਿ ਤੁਸੀਂ ਜਾਣਦੇ ਹੋ, ਮੇਰੇ ਪਿਤਾ ਜੀ ਨੇ ਦਿਨ ਰਾਤ ਹਮੇਸ਼ਾ ਆਪਣੇ ਇਲਾਕੇ ਦੀ ਗੱਲ ਕੀਤੀ ਹੈ, ਔਰ ਅੱਜ ਮੈਨੂੰ ਖਾਸ ਤੌਰ ਕਰਕੇ ਤੁਹਾਡੀ ਲੋੜ, ਕਿਉਂਕਿ ਮੈਂ ਉਹਨਾਂ ਦਾ ਜਿਹੜਾ ਅਧੂਰਾ ਕੰਮ ਹੈ, ਉਹਨਾਂ ਦੀ ਜਿਹੜੀ ਦਿਖਾਈ ਹੋਈ ਮਾਰਗ ਹੈ, ਉਸ ਤੇ ਚੱਲਦਾ ਹੋਇਆ ਵੇਰਕਾ ਪਿੰਡ ਦੇ ਨਾਲ ਨਾਲ ਦੇ ਪਿੰਡਾਂ ਦੇ ਆਏ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭੈਣੋ ਭਰਾਓ, ਬਜ਼ੁਰਗੋ ਔਰ ਨੌਜਵਾਨ ਬੱਚਿਓ, ਮੰਚ ਤੇ ਬੈਠੀ ਸਮੁੱਚੀ ਕਾਂਗਰਸ ਲੀਡਰਸ਼ਿਪ, ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਫਾਰਮਰ ਚੀਫ ਮਿਨਿਸਟਰ ਚਰਨਜੀਤ ਸਿੰਘ ਜੀ ਚੰਨੀ, ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ, ਲੀਡਰ ਆਫ ਆਪੋਜੀਸ਼ਨ, ਔਰ ਸਾਡੇ ਹਲਕੇ ਦੇ ਸਾਡੇ ਅਨੇਕਾਂ ਮੋਹਤਬਰ ਮੇਰੇ ਵੀਰ ਮਿਲਨ ਪੈਲਸ ਤੋਂ ਸੋਢੀ ਰਾਮ ਜੀ, ਉਧਰੋਂ ਸੁਰਜੀਤ ਜੀ, ਭੋਸਲੇ ਜੀ, ਤੁਸੀਂ ਸਾਰੇ MC ਸਾਹਿਬ, ਔਰ ਜਿੰਨੇ ਨਾਲ ਨਾਲ ਪਿੰਡਾਂ ਤੋਂ ਔਰ ਨਾਲ ਦੇ ਹਲਕਿਆਂ ਤੋਂ ਇਸ ਮੁਹਿੰਮ ਦੇ ਵਿੱਚ ਆ ਕੇ ਸਾਡੇ ਹਰ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਸੁਖਪਾਲ ਭੁੱਲਰ ਜੀ, ਉਹਨਾਂ ਨਾਲ ਆਏ ਹੋਰ MLA ਸਾਹਿਬ, ਮੈਂ ਸਾਰਿਆਂ ਨੂੰ ਆਪਣੇ ਵੱਲੋਂ ਧੰਨਵਾਦ ਕਰਦੀ ਹਾਂ ਅਤੇ ਫਤਿਹ ਬੁਲਾਉਂਦੀ ਹਾਂ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਗੁਰਦੇਵ, ਧੰਨ ਗੁਰਦੇਵ। ਬਹੁਤ ਹੀ ਭਰੇ ਮਨ ਨਾਲ ਤੁਹਾਡੇ ਸਾਹਮਣੇ ਖੜੀ ਹਾਂ ਮੈਂ, ਸਿਰਫ ਤਾਂ ਸਿਰਫ ਆਪਣੇ ਲਈ ਵੋਟਾਂ ਮੰਗਣ ਨਹੀਂ ਆਈ। ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਚੌਧਰੀ ਸੰਤੋਖ ਸਿੰਘ ਅਮਰ ਹੈ, ਅਮਰ ਹੈ, ਅਮਰ ਹੈ। ਮੇਰੀ ਕਦੀ ਵੀ ਮਨਸ਼ਾ ਨਹੀਂ ਰਹੀ ਸੀ ਕਿ ਮੈਂ ਆ ਕੇ ਇਲੈਕਸ਼ਨਾਂ ਲੜਾਂ। ਮੇਰੇ ਘਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਨੇਕਾਂ ਅਨੇਕਾਂ ਲੀਡਰ ਪੈਦਾ ਕੀਤੇ, ਲੇਟ ਮਾਸਟਰ ਗੁਰਵੰਤਾ ਸਿੰਘ ਜੀ ਮੇਰੇ ਪਿਤਾ, ਔਰ ਉਹਨਾਂ ਤੋਂ ਬਾਅਦ ਚੌਧਰੀ ਜਗਜੀਤ ਸਿੰਘ, ਚੌਧਰੀ ਸੁਰਿੰਦਰ ਸਿੰਘ, ਫਿਰ ਉਸ ਤੋਂ ਬਾਅਦ ਮੇਰੇ ਪਤੀ ਸਵਰਗੀ ਸੰਤੋਖ ਸਿੰਘ ਜੀ ਚੌਧਰੀ ਇੱਧਰੋਂ,
और मेरा बेटा थोड़ा एमएलए साहब विक्रमजीत सिंह चौधरी अनेक लीडर तुसी बनाए उन्होंने जिताया जिन्हों का मैं धन्यवाद करती हाँ। उन्होंने भी रज के सेवा की थी और हम करीब करीब 100 बरे होने वाले ने। मैं कदे नहीं सी सोचा लेकिन अज जिस हालातों के बीच सानू इस मुकाम ते या इस समय थोड़े मुकाते होना पै रहा है उसका कारण तुसी सब जानते हो। बड़े विस्तार नाल साडे लीडरां ने सानू ये सारा दसिया है पर मैं सिर्फ हथ जोड़ के तुहाडे अगे इको ही बेनती करना चाहनी हाँ कि जिंदगी दे जो 31 साल जो बेहतरीन साल चौधरी साहब और उन्होंने परिवार और खास तौर पर साढ़े सारे परिवार छोटे बच्चे तो लैके और मैं भी अपनी निमाणी जी जेरी एक कॉन्ट्रीब्यूशन है अपना हिस्सा है वह पढ़ते रखे पिछे थानू पाती रही वो सारे जे आप कट्ठा करके एक छोटा जहा हिस्सा भी चौधरी साहब के विचारधारा और कांग्रेस पार्टी की विचारधारा मैं समर्पित कर सका आप रल के समर्पित कर सकी तो मैं समझागी कि उन्होंने शहादत असं कुछ हद तक अपनी श्रद्धा और अपनी श्रद्धांजलि दे सकांगे। अज लोड़ है थोड़े सारिया का इकट्ठे होना अज लोड़ है थोड़े सारिया का एक मंच से आके अपनी पार्टी बारे कांग्रेस पार्टी बारे ओदी विचारधारा बारे सोचन का। मेरा अज भी लक्ष्य बच्चिया औरतों के लिए उन्होंने भलाई लई और आने वाली साड़ी जिहड़ी जनरेशन है ओदे लई काम करना अज भी उस तरह है और उस तरह रहेगा। मैं सिर्फ यही वादा करके थोड़े चो विदा होऊंगी कि तुसी सारे ने रल के एक परिवार वांगू जिदा साडा और कांग्रेस पार्टी का साथ दिता है आने वाले समय च जिमनी चोन च भी तुसी सारे जने बद चढ़ के अपनी वोट जिहड़ी है ओ समझदारी नाल पाउणी है। मेरी हथ पेन के बेनती है भारी गिनती विच मेरियां भैणां बीबियां बैठियां हन पहली बारी एक औरत नूं एक महिला नूं इंडियन नेशनल कांग्रेस का टिकट दे के 75 साल नवाजा गया है। ये बहुत बड़ा चैलेंज है ये बहुत बड़ी जिम्मेवारी है और ये जिम्मेवारी मैं तदे निभा पावांगी जे तुसी सारियां हथ खड़े करके मैनू अपना साथ दिनी हो और मैनू कहनी हो कि तुसी अगे होवो पर मैं तुहाडे पिछे लग के तुहाडे ये सारे काम उसे तरह करदी रहा जिस तरह साडा परिवार करदा आया है। इस तो ज्यादा मैनू कोई होर मकसद नहीं है इस सियासी पिंड च आउण दा। मैं बहुत ही थोड़ा धन्यवाद करदी हाँ भारी गिनती च तुसी इत्थे आए और भारी गिनती च लीडर साहिबान तुहाडे सारिआं दे सन्मुख होए हन। मैं सब दा इत्थे आण ते धन्यवाद करदी हाँ और इन्हां शब्दां दे नाल एक बार धन्यवाद करदे होए फतेह बुलाउणी है। श्री वाहिगुरु जी का खालसा वाहिगुरु जी की फतेह जय गुरुदेव धन गुरदेव। लड़ाई परिवार के मुखी नाल है परिवार के बच्चे तंग किया जा धियां पैणा सब दरजियां होंगे जे उसका कुड़ी का कोई दोष है तो उन्हें चक के अंदर कर जे नहीं दोष है तो अपने घर जान दे ये बिल्कुल गलत है। परिवार नूं तंग करना ठीक नहीं है साडे सिख धर्म की मर्यादा ही नहीं पता नहीं किया कि नहीं लेकिन अज जेड़ा जेड़ा दे विच हो रहा है अज जेड़ा च कतल हो रहा है जेड़ा च बुरछेगर्दी हो रही है जेड़ा विचों वीडियोज आ रही हैं ते शरेआम ललकार रही हैं ते शरेआम चैलेंज कर रही हैं वो इशूज नूं कौन एड्रैस करेगा। हुण 1 साल हो गया मुख्यमंत्री दे कोल जेड़ा दा महकमा भी है ते जेड़ा दे विचों एक सारा नैक्सस क्यों चल रहा है जेड़ा दे विचों नैक्सस तैयार होके साडा मूसे वाला मरवा दिता गया साडे इत्थे एक मुंडा कबड्डी वाला मारता अज हर जगह कतल हो रहे अल्टीमेटली गल आ जाती कि जेल के बिचों हो जेड़े तुसी फड़ के लियांदे हो उन्होंने मनु दसे कि जी मूसेवाल के कतल कातलों जदों फड़िया है तो उन्होंने तो क्या पूछ गिछ होगा एक कुछ पूछा तक नहीं उन्होंने हथ तक नहीं लगाया मैं कहना जी फिर जे कांग्रेस जी के पाले हुए उन्होंने भी चक लिया लेकिन झूठा क्यों 1 साल के बीच थोड़े कुछ नहीं होया तुसी अज तक।